ਕਿਵੇਂ ਲੱਗੀ ਆ ਤੈਨੂੰ ਪਤਾ ਲੱਗਿਆ ਸ਼ਾਰਟ ਸਰਕਟ ਹੋ ਜਾਏਗੀ ਲਾਈਟ ਗਈ ਹੋਈ ਸੀਗੀ ਪਿੱਛੋਂ ਆਪਣੇ ਆਪ ਇੱਕੋ ਦਮ ਆ ਗਈ ਲਾਈਟ ਤੇ ਛੱਡੀ ਹੋ ਗਈ ਉਹਨਾਂ ਨੇ ਇੱਕਦਮ ਸੇ ਹੋ ਗਈ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਭ ਕੁਝ ਤਾਂ ਤਬਾਹ ਹੋ ਗਿਆ 4-1 ਲੱਖ ਦਾ ਹੋ ਗਿਆ ਕੀ ਕੁਝ ਸੀਗਾ ਸਮਾਨ ਦੇ ਵਿੱਚ ਇਹਦੇ ਵਿੱਚ ਬੈੱਡ ਸੀਗਾ ਐਲਸੀਡੀ ਹੈਗੀ ਹੈ ਸੋਫਾ ਸੀਗਾ ਪੱਖੇ ਪੁੱਖੇ ਪਏ ਸੀਗੇ ਵਾਸ਼ਿੰਗ ਮਸ਼ੀਨ ਵੀ ਹੈ ਬਾਈਕ ਸੀਗਾ ਕਪਬੋਰਡ ਦਾ ਕੰਮ ਸਰ ਪੂਰਾ ਦੁਕਾਨ ਦਾ ਸਮਾਨ ਪਿਆ ਸੀ ਕੰਪਲੀਟ ਕਪਬੋਰਡ ਸੀਗਾ ਸਰ ਪੂਰਾ ਸਾਰਾ ਰਾਖ ਹੋ ਗਿਆ ਸੜਕ ਬੈੱਡਾਂ 'ਚ ਸਮਾਨ ਪਿਆ ਸੀ ਉਹ ਸਾਰਾ ਖਤਮ ਹੋ ਗਿਆ ਪੂਰਾ ਚੈੱਕ ਕਰ ਸਕਦੇ ਹੋ ਕੁਛ ਵੀ ਨਹੀਂ ਕੈਸ਼ ਲੈ ਕੇ ਸੀ ਹੋਏ ਲੋਨ ਕਰਾਇਆ ਸੀ ਉਹਨਾਂ ਨੇ 55000 ਠੀਕ ਹੈ ਜੀ ਕੈਸ਼ ਕਿੰਨਾ ਸੀ 50000 ਸਾਰਾ ਕੀ ਮੰਗ ਕਰਦੇ ਪੁੱਛੋ ਸਕਦੇ ਹਾਂ ਹੀ ਮੰਗ ਕਰਦੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਹੋਵੇ ਬਸ ਆਹੀ ਨੂੰ ਕਰਦੇ ਜੀ ਮੰਗ ਅਸੀਂ ਤਾਂ ਵੈਸੇ ਗਰੀਬ ਹੈਗੇ ਜੀ ਲੋਨ ਲੈ ਕੇ ਅਸੀਂ ਮਾਲ ਪਾਇਆ ਹੈਗਾ ਕੁਝ ਨਹੀਂ ਬਚਾ ਸਾਡੇ ਕੋਲ ਤਾਂ ਲੋਨ ਦੇ ਸਾਰੀ ਪੇਮੈਂਟ ਸੀਗੀ ਸਾਰੀ ਉਹੀ ਛੱਡ ਗਈ ਹੈ ਲੈ ਕੇ ਅਸੀਂ ਲੋਨ ਕਰਵਾਇਆ ਉਹਨੇ ਗਰੰਟ ਕਰਾਇਆ ਸੀ ਲੋਨ ਇਹ ਪੈਸੇ ਵੀ ਹੁਣ ਦੇ ਅੰਦਰ ਸੜੇ ਆ ਉਹ ਵੀ ਮਤਲਬ ਕਿ ਲੋਨ ਹੀ ਕਰਾਇਆ ਹਾਂਜੀ ਕੰਮ ਕੀ ਕਰਦੇ ਆਪਣੇ ਅਮਨੀ ਆਰੀ ਦੀ ਸ਼ੋਪ ਹੈਗੀ ਜੀ अपनी दो दुकान ਸੋਨੂ ਕੁਮਾਰ ਨਾਮ ਇਹ ਆਪਣਾ ਕੀ ਐਡਰੈਸ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਹਾਂਜੀ ਕੀ ਐਡਰੈਸ ਆਪਣਾ ਪਤਾ ਕੀ ਜੋਗਿਨਗਰੀ ਟਿੱਬਾ 15 ਨੰਬਰ ਗਲੀ ਮੇਨ ਰੋਡ ਕੀ ਹੋਈ ਹੈ ਗਨਵਾ ਜੀ ਬਸ ਇਹ ਨਾਤ ਹੋ ਕੇ ਗਿਆ ਸੀਗਾ ਦੁਕਾਨ ਤੇ ਗਿਆ ਸੀਗਾ ਇੰਨੇ ਚ ਅੱਗ ਲੱਗ ਗਈ ਆ ਪਤਾ ਲੱਗਿਆ ਕਿਸ ਤਰ੍ਹਾਂ ਲੱਗੀ ਅੱਗ ਸ਼ੋਰ ਸ਼ਟ ਕੱਟੀ ਹੋ ਰਹੀ ਕਿੰਨਾ ਨੁਕਸਾਨ ਹੋਇਆ ਜੀ ਉਹ 4-5 ਲੱਖ ਰੁਪਏ ਦਾ ਨੁਕਸਾਨ ਕੀ ਕੁਝ ਸੀਗਾ ਸਮਾਨ ਸਾਰਾ ਕੁਝ ਐਲਸੀਡੀ ਸੀਗੀ ਸੋਫੇ ਸੀਗੇ ਬੈੱਡ ਸੀਗਾ ਮੋਟਰਸਾਈਕਲ ਸੀਗਾ ਵਾਸ਼ਿੰਗ ਮਸ਼ੀਨ ਸੀਗੀ ਮਾਲ ਦੀ ਕਿਆ ਸੀ ਮਾਲ ਸੀਗਾ ਅੰਦਰ ਚੂੜੇ ਵਗੈਰਾ ਸੀਗੇ ਸਾਰੇ ਬ੍ਰਾਈਡਲ ਇੱਕੋ 10000 ਅੰਦਰ ਕਪਬੋਰਡ ਦਾ ਕੰਮ ਹੋਇਆ ਕਪਬੋਰਡ ਦਾ ਵੀ ਕੰਮ ਹੋਇਆ ਪਿਆ ਅੰਦਰ ਕਿਹਨੇ ਨੁਕਸਾਨ ਹੋਇਆ ਕਪਬੋਰਡ ਉਹ 2 ਲੱਖ ਦੇ ਸਾਰੇ ਖਤਮ ਹੋ ਗਏ ਰਾਖ ਹੀ ਹੋ ਗਏ ਜਾਂ ਸਾਰਾ ਕੁਝ ਕਿੰਨੇ ਕੁ ਵਜੇ ਦੀ ਗੱਲ ਹੈ ਜੀ ਯਾ 2:30 ਵਜੇ ਦੀ ਗੱਲ ਹੈ ਕੋਈ 2:30 ਵਜੇ ਬੁਲਾਇਆ ਸੀ ਹਾਂ ਬੁਲਾਇਆ ਸੀਗਾ ਜੀ ਪਰ ਥੋੜੇ ਲੇਟ ਆਏ ਉਹ ਜਿੱਦ ਜਦ ਅੱਗੇ ਲੱਗੀ ਤੁਹਾਨੂੰ ਮੈਂ ਆ ਮੇਰੇ ਕਿਰਾਏਦਾਰ ਦੀ ਦੁਕਾਨ ਇੱਕ ਦੁਕਾਨ ਖੁੱਲੀ ਸੀਗੀ ਉਹਨਾਂ ਨੂੰ ਪਤਾ ਉਹਨਾਂ ਨੇ ਫੋਨ ਕਰਕੇ ਬੁਲਾਇਆ ਜਿਵੇਂ ਗਿਆ ਉਵੇਂ ਮੈਂ ਵਾਪਸ ਆਇਆ ਸਾਰੇ ਜਣੇ ਦੇਖੀ ਜਾਂਦੇ ਸੀ ਕੋਈ ਨੇ ਅੱਗ ਨਹੀਂ ਬੁਝਾਈ ਫਿਰ ਮੈਂ ਆ ਕੇ ਅੱਗ ਬੁਝਾਈ ਅੱਛਾ ਪਹਿਲਾਂ ਤੁਸੀਂ ਆਪਾਂ ਕਿ ਨਹੀਂ ਮੈਂ ਹੀ ਆ ਕੇ ਐਂਬੂਲੈਂਸ ਕਿੰਨੀ ਲੇਟ ਆਈ ਐਂਬੂਲੈਂਸ ਨਹੀਂ ਆਈ ਫਾਇਰ ਬ੍ਰਿਗੇਡ ਆਈ ਸੀ ਫਾਇਰ ਬ੍ਰਿਗੇਡ ਉਹ ਸੌਰੀ ਲੇਟ ਆਈ ਉਹ ਅੱਧਾ ਘੰਟਾ ਲੇਟ ਹੀ ਆਈ ਕੀ ਮੰਗ ਕਰਦੇ ਪ੍ਰਸ਼ਾਸਨ ਬਸ ਆ ਜਿਹੜਾ ਨੁਕਸਾਨ ਹੋਇਆ ਯਾ ਦੁਆਰਨ ਇਹ ਗਰੀਬ ਬੰਦਾ ਹੀ ਮੈਂ ਆਪਣੇ ਥੋੜੇ ਮੱਲੇ ਦੇ ਐਮਐਲਏ ਜਿਹੜੇ ਇਹਨਾਂ ਕੋਲ ਜੰਗਲ ਕੋਲ ਜਾਏ ਗਏ ਉਹ ਕਹਿੰਦੇ ਕੱਲ ਆ ਗੁਜਰਾਤ ਇਲੈਕਸ਼ਨ ਤੇ ਉਹ ਕਹਿੰਦੇ ਉਹਨਾਂ ਦਾ 5 ਜੱਗਾ ਉਹ ਕਹਿੰਦੇ ਕੱਲ ਸ਼ਾਮ ਨੂੰ ਆ सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।